ਹਾਲੇਲੂਇਆ 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 ਸੱਚੇ ਤੇ ਸਮਰਥੀ ਪਰਮੇਸ਼ਵਰ ਜੀ, ਪ੍ਰਭੂ ਜੀ, ਮੈਂ ਤੁਹਾਡਾ ਧੰਨਵਾਦ ਕਰਦਾ ਮੇਰੇ ਮਹਾਨ ਪਰਮੇਸ਼ਵਰ ਜੀ, ਅੱਜ ਦੇ ਇਸ ਸੁੰਦਰ ਸਮੇਂ ਦੇ ਲਈ ਪ੍ਰਭੂ ਜੀ, ਜੋ ਤੁਸੀਂ ਆਪਣੇ ਬੱਚਿਆਂ ਦੇ ਲਈ ਠਹਿਰਾਇਆ ਮੇਰੇ ਮਹਾਨ ਪਰਮੇਸ਼ਵਰ ਜੀ। ਪਵਿੱਤਰ ਆਤਮਾ ਜੀ, ਮੈਂ ਤੁਹਾਡਾ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਕਿ ਪ੍ਰਭੂ ਜੀ, ਸੱਚਮੁੱਚ ਤੁਸੀਂ ਸਾਨੂੰ ਸਭ ਨੂੰ ਖੁਦਾਵੰਦ ਖੁਦਾ ਇਸ ਯੋਗੇ ਸਮਝਿਆ ਕਿ ਪ੍ਰਭੂ ਅਸੀਂ ਅੱਜ ਇਸ ਸੁੰਦਰ ਅਤੇ ਪਵਿੱਤਰ ਦਿਨ ਨੂੰ ਦੇਖ ਸਕੀਏ ਮੇਰੇ ਮਹਾਨ ਪਰਮੇਸ਼ਵਰ ਜੀ। ਪਵਿੱਤਰ ਆਤਮਾ ਜੀ, ਮੈਂ ਤੁਹਾਡਾ ਦਿਲ ਤੋਂ ਧੰਨਵਾਦ ਕਰਦਾ ਕਿ ਪ੍ਰਭੂ ਜੀ, ਸੱਚਮੁੱਚ ਤੁਸੀਂ ਸਾਨੂੰ ਸਭ ਨੂੰ ਖੁਦਾਵੰਦ ਖੁਦਾ ਇਸ ਪ੍ਰਾਰਥਨਾ ਦੇ ਵਿੱਚ ਆਪਣੇ ਨਾਲ ਇਕੱਠਿਆਂ ਕੀਤਾ, ਸ਼ਾਮਿਲ ਕੀਤਾ। ਪ੍ਰਭੂ ਜੀ, ਸੱਚਮੁੱਚ ਖੁਦਾ ਤੁਸੀਂ ਮਹਾਨ ਹੋ। ਪ੍ਰਭੂ ਜੀ, ਤੁਹਾਡੇ ਕੰਮ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਮਹਾਨ ਅਤੇ ਵੱਡੇ ਅਦਭੁਤ ਹਨ। ਪ੍ਰਭੂ ਜੀ, ਤੁਸੀਂ ਦਇਆ ਦੇ ਸਾਗਰ ਜੇ, ਤੁਹਾਡੇ ਅੰਦਰ ਹਮੇਸ਼ਾ ਸਾਡੇ ਲਈ ਦਇਆ ਬਣੀ ਰਹਿੰਦੀ ਹੈ ਮੇਰੇ ਮਹਾਨ ਪਰਮੇਸ਼ਵਰ ਜੀ। ਮੇਰੇ ਜ਼ਿੰਦਾ ਖੁਦਾ, ਸੱਚਮੁੱਚ ਤੁਸੀਂ ਸਾਨੂੰ ਕਦੇ ਵੀ ਇਕੱਲਿਆਂ ਨਹੀਂ ਛੱਡਦੇ ਪ੍ਰਭੂ, ਕਦੇ ਵੀ ਸਾਨੂੰ ਅਨਾਥ ਨਹੀਂ ਛੱਡਦੇ। ਹਮੇਸ਼ਾ ਪ੍ਰਭੂ ਜੀ ਆਪਣੇ ਪਵਿੱਤਰ ਅਤੇ ਫਤਿਹਮੰਦ ਸੱਜੇ ਹੱਥ ਨੂੰ ਸਾਡੇ ਸਿਰਾਂ ਦੇ ਉੱਪਰ ਤੁਸੀਂ ਰੱਖ ਦਿਓ, ਤਾਂ ਜੋ ਕੋਈ ਸਾਨੂੰ ਲੱਜਿਆਵਾਨ ਨਾ ਕਰ ਸਕੇ। ਪਰਮੇਸ਼ਵਰ, ਸਾਡੀ ਸ਼ਰਮਿੰਦਗੀ ਨੂੰ ਤੁਸੀਂ ਸਾਥੋਂ ਦੂਰ ਕਰਦੇ ਜੇ ਮੇਰੇ ਮਹਾਨ ਪਰਮੇਸ਼ਵਰ ਜੀ। ਸੱਚਮੁੱਚ ਪ੍ਰਭੂ, ਤੁਸੀਂ ਸਾਡੇ ਨਾਲ ਬਹੁਤ ਵਧੀਕ ਪ੍ਰੇਮ ਕਰਦੇ ਸੀ ਪ੍ਰਭੂ ਜੀ। ਤੁਹਾਡਾ ਪ੍ਰੇਮ ਤੁਹਾਡੇ ਵਚਨ ਦੇ ਅਨੁਸਾਰ ਸੱਚਮੁੱਚ ਨਿਸਵਾਰਥ ਪ੍ਰੇਮ ਹੈ ਔਰ ਸੱਚਾ ਪ੍ਰੇਮ ਹੈ ਪ੍ਰਭੂ, ਜੋ ਸਾਡੇ ਹਿਰਦਿਆਂ ਦੇ ਵਿੱਚ ਵਸਿਆ ਹੋਇਆ ਹੈ ਮੇਰੇ ਮਹਾਨ ਪ੍ਰਭੂ। ਸੱਚਮੁੱਚ ਅਸੀਂ ਆਪਣੀ ਇੱਛਾ ਜਾਂ ਫਿਰ ਆਪਣੀ ਮਰਜ਼ੀ ਦੇ ਨਾਲ ਪ੍ਰਭੂ ਇਸ ਪ੍ਰਾਰਥਨਾ ਦੇ ਵਿੱਚ ਵੀ ਇਕੱਠੇ ਨਹੀਂ ਹੋਏ, ਬਲਕਿ ਪ੍ਰਭੂ, ਇਹ ਤੁਹਾਡਾ ਪ੍ਰੇਮ ਅਤੇ ਤੁਹਾਡਾ ਪਵਿੱਤਰ ਆਤਮਾ ਹੈ ਜੋ ਸਾਨੂੰ ਵੱਖ ਵੱਖ ਜਗ੍ਹਾਵਾਂ ਦੇ ਉੱਪਰੋਂ ਤੁਸੀਂ ਲੈ ਕੇ ਆਏ। ਇਸ ਪ੍ਰਾਰਥਨਾ 'ਚ ਪ੍ਰਭੂ ਜੀ ਤੁਸੀਂ ਸਾਨੂੰ ਸ਼ਾਮਿਲ ਕੀਤਾ ਇੱਕ ਵੱਡੀ ਬਰਕਤ ਅਤੇ ਚੰਗਿਆਈ ਦੇਣ ਦੇ ਲਈ। ਪ੍ਰਭੂ, ਬਰਕਤਾਂ ਵੀ ਤੁਹਾਡੇ ਕੋਲੋਂ ਹੀ ਮਿਲਦੀਆਂ ਹਨ ਅਤੇ ਸਾਨੂੰ ਚੰਗਿਆਈ ਵੀ ਪ੍ਰਭੂ ਤੁਹਾਡੇ ਕੋਲੋਂ ਮਿਲਦੀ ਹੈ। ਪ੍ਰਭੂ, ਤੁਸੀਂ ਆਪਣੇ ਵਾਅਦੇ ਦੇ ਸੱਚੇ ਪਰਮੇਸ਼ਵਰ ਜੀ, ਮੇਰੇ ਜ਼ਿੰਦਾ ਖੁਦਾ ਜੀ। ਪ੍ਰਭੂ ਜੀ, ਸੱਚਮੁੱਚ ਤੁਸੀਂ ਵਾਅਦਾ ਕੀਤਾ ਹੈ। ਤੁਸੀਂ ਕਿਹਾ ਜਿੱਥੇ ਦੋ ਜਾਂ ਦੋ ਤੋਂ ਵੱਧ ਮੇਰੇ ਨਾਮ ਦੇ ਵਿੱਚ ਇਕੱਠੇ ਹੁੰਦੇ ਹਨ, ਮੇਰਾ ਪਵਿੱਤਰ ਆਤਮਾ ਉਸ ਜਗ੍ਹਾ ਦੇ ਉੱਪਰ ਮੌਜੂਦ ਹੁੰਦਾ ਹੈ। ਖੁਦਾਵੰਦ, ਅਸੀਂ ਵਿਸ਼ਵਾਸ ਕਰਦੇ ਹਾਂ ਕਿ ਅੱਜ ਤੁਹਾਡਾ ਪਵਿੱਤਰ ਆਤਮਾ ਇਸ ਜਗ੍ਹਾ ਦੇ ਉੱਪਰ ਮੌਜੂਦ ਹੈ। ਸਾਡੀ ਪ੍ਰਾਰਥਨਾ ਨੂੰ, ਸਾਡੀ ਬੇਨਤੀ ਨੂੰ ਸੁਣ ਕੇ ਪੂਰੀਆਂ ਕਰਨ ਦੇ ਲਈ ਪ੍ਰਭੂ ਜੀ, ਸੱਚਮੁੱਚ ਤੁਸੀਂ ਸਾਡੀ ਬੇਨਤੀ ਨੂੰ, ਪ੍ਰਾਰਥਨਾ ਨੂੰ ਸੁਣਦੇ ਜੇ। ਤੁਸੀਂ ਚਾਹੁੰਦੇ ਹੋ ਕਿ ਹਮੇਸ਼ਾ ਤੁਹਾਡੇ ਬੇਟੇ ਬੇਟੀਆਂ ਤੁਹਾਨੂੰ ਪੁਕਾਰਨ। ਪ੍ਰਭੂ, ਤੁਸੀਂ ਕਿਹਾ ਕਿ ਤੂੰ ਮੈਨੂੰ ਪੁਕਾਰ ਅਤੇ ਮੈਂ ਤੈਨੂੰ ਉੱਤਰ ਦੇਵਾਂਗਾ। ਪ੍ਰਭੂ, ਤੁਸੀਂ ਉੱਤਰ ਦਿੰਦੇ ਜੇ, ਸਾਡੀ ਆਵਾਜ਼ ਨੂੰ ਕਦੇ ਵੀ ਅਣਸੁਣਿਆ ਨਹੀਂ ਕਰਦੇ ਸਾਡੇ ਹਾਲਾਤਾਂ ਤੋਂ। ਪ੍ਰਭੂ, ਸੱਚਮੁੱਚ ਤੁਸੀਂ ਸਾਨੂੰ ਕਦੇ ਵੀ ਦੇਖ ਕੇ ਅਣਦੇਖਾ ਨਹੀਂ ਕਰਦੇ ਪਰਮੇਸ਼ਰ। ਸੱਚਮੁੱਚ ਤੁਸੀਂ ਸਾਡੇ ਪੁਕਾਰਨ 'ਤੇ ਸਾਨੂੰ ਉੱਤਰ ਦਿੰਦੇ ਹੋ, ਕਿਉਂ ਜੋ ਤੁਸੀਂ ਜੀਵਿਤ ਪਰਮੇਸ਼ਵਰ ਜੀ, ਮੇਰੇ ਮਹਾਨ ਖੁਦਾਵੰਦ ਖੁਦਾ ਜੀ। ਪ੍ਰਭੂ ਜੀ, ਮੈਂ ਤੁਹਾਡਾ ਦਿਲ ਤੋਂ
ਧੰਨਵਾਦ ਕਰਦਾ ਮੇਰੇ ਜ਼ਿੰਦਾ ਪਰਮੇਸ਼ੁਰ ਜੀ ਕਿ ਪ੍ਰਭੂ ਤੁਸੀਂ ਹਰ ਰੋਜ਼ ਸਾਨੂੰ ਖਾਣ ਦੇ ਲਈ ਭੋਜਨ ਦਿੰਦੇ ਹੋ, ਪਹਿਨਣ ਦੇ ਲਈ ਪ੍ਰਭੂ ਜੀ ਕੱਪੜੇ ਦਿੰਦੇ ਹੋ, ਸੁੰਦਰ ਸਾਹ ਦਿੰਦੇ ਹੋ ਪ੍ਰਭੂ, ਜੋ ਕੇਵਲ ਸਾਨੂੰ ਤੁਹਾਡੇ ਵੱਲੋਂ ਮਿਲਦੇ ਹਨ। ਮੇਰੇ ਮਹਾਨ ਪਰਮੇਸ਼ੁਰ ਜੀ, ਸੱਚਮੁੱਚ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਪ੍ਰਭੂ ਸੱਚਮੁੱਚ ਬੀਤੇ ਸਮੇਂ 'ਚ ਵੀ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਪ੍ਰਭੂ ਜੀ, ਸਾਡੇ ਪਰਿਵਾਰ ਨੂੰ ਸੰਭਾਲਿਆ, ਬੱਚਿਆਂ ਨੂੰ ਸੰਭਾਲਿਆ, ਰਾਹਾਂ ਦੇ ਵਿੱਚ ਪ੍ਰਭੂ ਜੀ ਤੁਸੀਂ ਸਾਡੀ ਮਦਦ ਅਤੇ ਸਹਾਇਤਾ ਕੀਤੀ। ਆਪਣੇ ਸਵਰਗ ਦੂਤਾਂ ਦੇ ਨਾਲ ਦੁਸ਼ਟ ਦੀਆਂ ਚਾਲਾਂ ਨੂੰ, ਦੁਸ਼ਟ ਦੇ ਕੰਮਾਂ ਨੂੰ ਸਾਡੇ ਰਾਹਾਂ ਦੇ ਵਿੱਚੋਂ ਪ੍ਰਭੂ ਜੀ ਤੁਸੀਂ ਖਤਮ ਕੀਤਾ। ਮੈਂ ਤੁਹਾਡਾ ਧੰਨਵਾਦ ਕਰਦਾ ਮੇਰੇ ਜ਼ਿੰਦਾ ਪਰਮੇਸ਼ੁਰ ਜੀ। ਖੁਦਾ ਬਾਪ, ਤੁਹਾਡਾ ਸ਼ੁਕਰ ਗੁਜ਼ਾਰ ਹਾਂ ਕਿ ਤੁਸੀਂ ਰਾਤ ਭਰ ਵੀ ਸਾਨੂੰ ਮਿੱਠੀ ਅਤੇ ਪਿਆਰੀ ਨੀਂਦ ਦੇ ਕੇ ਸੰਭਾਲਿਆ। ਖੁਦਾ, ਅੱਜ ਤੁਸੀਂ ਸਾਨੂੰ ਉਸ ਮਿੱਠੀ ਨੀਂਦ ਤੋਂ ਜਗਾਇਆ, ਆਪਣੇ ਵਾਅਦੇ ਦੇ ਅਨੁਸਾਰ ਇਸ ਦਿਨ ਨੂੰ ਦਿਖਾਇਆ ਪਰਮੇਸ਼ੁਰ ਜੀ। ਮੇਰੇ ਜ਼ਿੰਦਾ ਖੁਦਾ, ਸੱਚਮੁੱਚ ਬਹੁਤ ਸਾਰੇ ਲੋਕ ਪ੍ਰਭੂ ਇਸ ਦਿਨ ਦਾ ਆਨੰਦ ਨਹੀਂ ਮਾਣ ਸਕੇ, ਪਰ ਪ੍ਰਭੂ ਜੀ ਤੁਸੀਂ ਆਪਣੀ ਵੱਡੀ ਦਇਆ ਅਤੇ ਆਪਣੀ ਵੱਡੀ ਕਿਰਪਾ ਸਾਡੇ ਉੱਪਰ ਕੀਤੀ ਤਾਂ ਜੋ ਇਸ ਦਿਨ ਨੂੰ ਖੁਦਾ, ਜਿਸ ਨੂੰ ਤੁਸੀਂ ਆਪਣੇ ਹੁਕਮਾਂ ਦੇ ਦੁਆਰਾ ਬਣਾਇਆ ਸੀ, ਅਸੀਂ ਦੇਖ ਸਕੀਏ। ਮੇਰੇ ਮਹਾਨ ਪ੍ਰਭੂ, ਸੱਚਮੁੱਚ ਪ੍ਰਭੂ ਤੂੰ ਮੇਰਾ ਬਲ ਹੈ, ਤੂੰ ਮੇਰੀ ਬੁੱਧੀ ਹੈ, ਤੂੰ ਮੇਰੀ ਚਟਾਨ ਹੈ ਪ੍ਰਭੂ। ਤੁਸੀਂ ਸਾਡੇ ਮਸਤਕ ਨੂੰ ਹਮੇਸ਼ਾ ਬਹੁਤ ਉੱਚੀਆਂ ਕਰਦੇ ਜੇ, ਸਾਨੂੰ ਕਦੇ ਵੀ ਪ੍ਰਭੂ ਸ਼ਰਮਿੰਦਗੀ ਦੇ ਵਿੱਚ ਨਹੀਂ ਡਿੱਗਣ ਦਿੰਦੇ ਪ੍ਰਭੂ, ਸਾਨੂੰ ਪੂਛ ਨਹੀਂ ਸਿਰ ਠਹਿਰਾਉਂਦੇ ਜੇ ਸਭ ਜਾਤੀਆਂ ਦੇ ਨਾਲੋਂ। ਮੇਰੇ ਜ਼ਿੰਦਾ ਖੁਦਾ, ਪ੍ਰਭੂ ਤੁਸੀਂ ਸਾਨੂੰ ਉੱਚੀਆਂ ਕਰਦੇ ਜੇ, ਮੇਰੇ ਮਹਾਨ ਪ੍ਰਭੂ ਜੀ। ਸੱਚਮੁੱਚ ਖੁਦਾ ਬਾਪ, ਇਹਨਾਂ ਸ਼ਬਦਾਂ ਦੇ ਦੁਆਰਾ ਮੈਂ ਜਿੰਨੀ ਵੀ ਤੁਹਾਡੀ ਵਡਿਆਈ, ਤਾਰੀਫ, ਮਹਿਮਾ ਕਰਾਂ ਪ੍ਰਭੂ, ਉਹ ਘੱਟ ਹੈ, ਕਿਉਂ ਜੋ ਤੁਹਾਡੇ ਉਪਕਾਰ, ਤੁਹਾਡੀ ਦਇਆ, ਤੁਹਾਡੀ ਸਮਰਥਾ ਬਹੁਤ ਵੱਡੀ ਹੈ ਸਾਡੀਆਂ ਜੀਵਨਾਂ ਦੇ ਵਿੱਚ ਮੇਰੇ ਜ਼ਿੰਦਾ ਪਰਮੇਸ਼ੁਰ ਜੀ। ਖੁਦਾ ਬਾਪ, ਅਸੀਂ ਅੱਜ ਦਿਲ ਤੋਂ ਤੁਹਾਡੇ ਕੋਲੋਂ ਪ੍ਰਭੂ ਸਭ ਮਿਲ ਕੇ ਮਾਫ਼ੀ ਮੰਗਦੇ ਹਾਂ ਪ੍ਰਭੂ, ਅਗਰ ਬੀਤੇ ਸਮੇਂ 'ਚ ਅਸੀਂ ਤੁਹਾਡੇ ਵਚਨਾਂ ਦੇ ਵਿਰੁੱਧ, ਤੁਹਾਡੇ ਵਿਰੁੱਧ ਕੋਈ ਪਾਪ ਕਰ ਬੈਠੇ ਹੋਈਏ ਤਾਂ ਪ੍ਰਭੂ ਸਾਨੂੰ ਮਾਫ਼ ਕਰਨਾ, ਕਿਉਂ ਜੋ ਖੁਦਾਵੰਦ ਖੁਦਾ ਤੁਸੀਂ ਮਾਫ਼ ਕਰਨ ਵਾਲੇ ਪਰਮੇਸ਼ੁਰ ਜੀ। ਪ੍ਰਭੂ ਤੁਹਾਡੇ ਅੰਦਰ ਦਇਆ ਹੈ, ਤੁਹਾਡੇ ਅੰਦਰ ਰਹਿਮ ਹੈ ਪ੍ਰਭੂ, ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੇਟੇ ਅਤੇ ਤੁਹਾਡੀਆਂ ਬੇਟੀਆਂ ਪਾਪ ਤੋਂ ਆਪਣੇ ਮਨਾਂ ਨੂੰ ਬਦਲਣ ਔਰ ਸੱਚਮੁੱਚ ਤੁਹਾਡੇ ਰਾਹਾਂ ਦੇ ਉੱਪਰ ਚੱਲਣ ਪ੍ਰਭੂ, ਸੱਚਮੁੱਚ ਅਸੀਂ ਮਾਫ਼ੀ ਮੰਗਦੇ ਹਾਂ। ਔਰ ਪਰਮੇਸ਼ੁਰ ਸੱਚਮੁੱਚ ਖੁਦਾ, ਅਸੀਂ ਕਦੇ ਵੀ ਪਾਪ ਦੇ ਵਿੱਚ ਨਾ ਡਿੱਗੀਏ ਪ੍ਰਭੂ, ਸਾਨੂੰ ਸੰਭਾਲ ਕੇ ਰੱਖਣਾ ਪ੍ਰਭੂ। ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਆਪਣੇ ਪਵਿੱਤਰ ਪਾਕ ਲਹੂ ਨੂੰ ਸਾਡੇ ਲਈ ਬਹਾਇਆ, ਜੋ ਅਪਰਾਧਾਂ ਦੀ, ਗਲਤੀਆਂ ਦੀ ਸਜ਼ਾ ਸਾਡੇ ਉੱਪਰ ਆਉਣੀ ਸੀ, ਉਸ ਸਜ਼ਾ ਨੂੰ ਪ੍ਰਭੂ ਤੁਸੀਂ ਸਾਥੋਂ ਦੂਰ ਕੀਤਾ, ਹਟਾਇਆ, ਹਮੇਸ਼ਾ ਹਮੇਸ਼ਾ ਦੇ ਲਈ ਆਪਣੇ ਪਵਿੱਤਰ ਪਾਕ ਲਹੂ ਨੂੰ ਆਪਣੇ ਬਦਨ ਦੇ ਵਿੱਚੋਂ ਬਹਾਇਆ, ਤਾਂ ਜੋ ਸਾਡੀਆਂ ਗਲਤੀਆਂ ਤੋਂ ਸਾਨੂੰ ਮਾਫ਼ੀ ਮਿਲ ਸਕੇ ਪ੍ਰਭੂ। ਸੱਚਮੁੱਚ ਤੁਸੀਂ ਸਾਨੂੰ ਮਾਫ਼ ਕੀਤਾ, ਅਸੀਂ ਤੁਹਾਡਾ ਦਿਲ ਤੋਂ ਧੰਨਵਾਦ ਕਰਦੇ ਹਾਂ। ਇਸ ਜੀਵਨ ਨੂੰ ਵੀ ਪ੍ਰਭੂ ਜੀ ਤੁਹਾਡੇ ਹੱਥਾਂ ਦੇ ਵਿੱਚ ਦਿੰਦੇ ਹਾਂ ਮੇਰੇ ਮਹਾਨ ਪਰਮੇਸ਼ੁਰ। ਤੁਹਾਡਾ ਆਤਮਾ ਖੁਦਾ ਬਾਪ ਸਾਨੂੰ ਚਲਾਵੇ ਪਰਮੇਸ਼ੁਰ, ਅਸੀਂ ਸਰੀਰ ਦੇ ਅਨੁਸਾਰ ਨਹੀਂ ਬਲਕਿ ਆਤਮਾ ਦੇ ਅਨੁਸਾਰ ਚੱਲਣ ਵਾਲੇ ਬਣ ਜਾਈਏ ਮੇਰੇ ਜ਼ਿੰਦਾ ਪਰਮੇਸ਼ੁਰ ਜੀ। ਖੁਦਾ ਬਾਪ, ਸੱਚਮੁੱਚ ਤੁਹਾਡੀ ਦਇਆ ਤੋਂ ਕਦੇ ਵੀ ਵਾਂਝੇ ਨਾ ਰਹੀਏ ਮੇਰੇ ਜ਼ਿੰਦਾ ਪਰਮੇਸ਼ੁਰ ਜੀ। ਤੁਹਾਡੀ ਦਇਆ ਅਤੇ ਤੁਹਾਡੇ ਅਨੁਗ੍ਰਹਿ ਦੇ ਵਿੱਚ ਹਮੇਸ਼ਾ ਹਮੇਸ਼ਾ ਦੇ ਲਈ ਬਣੇ ਰਹੀਏ ਪ੍ਰਭੂ। ਪ੍ਰਾਰਥਨਾ ਕਰਦੇ ਹਾਂ ਤੁਹਾਡੇ ਅੱਗੇ, ਜੋ ਲੋਕ ਪਾਪ 'ਚ ਹਨ, ਇਹਨਾਂ ਦੇ ਪਰਿਵਾਰ ਦੇ ਜਨ ਪਾਪ 'ਚ ਹਨ,
ਪ੍ਰਭੂ ਜਿਸ ਤਰ੍ਹਾਂ ਤੁਸੀਂ ਸਾਨੂੰ ਪਾਪ 'ਚੋਂ ਕੱਢਿਆ, ਸਾਡੇ ਮਨਾਂ ਨੂੰ ਬਦਲਿਆ, ਆਪਣੀ ਦਇਆ ਦੇ ਨਾਲ ਤੁਸੀਂ ਸਾਨੂੰ ਚੁਣਿਆ, ਪ੍ਰਭੂ ਉਹਨਾਂ ਨੂੰ ਵੀ ਚੁਣੋ। ਪ੍ਰਭੂ ਆਪਣੀ ਦਇਆ ਉਹਨਾਂ ਦੇ ਉੱਪਰ ਪ੍ਰਗਟ ਕਰੋ ਤਾਂ ਜੋ ਪਰਮੇਸ਼ੁਰ ਉਹਨਾਂ ਦੇ ਵੀ ਮਨ ਪਾਪ ਤੋਂ ਬੁਰਿਆਈ ਤੋਂ ਬਦਲ ਜਾਣ ਯੀਸ਼ੂ ਦੇ ਨਾਮ 'ਚ। ਮੇਰੇ ਜ਼ਿੰਦਾ ਖੁਦਾ, ਮੈਂ ਸੱਚਮੁੱਚ ਤੁਹਾਡੇ ਅੱਗੇ ਪ੍ਰਾਰਥਨਾ ਕਰਦਾ ਮੇਰੇ ਜ਼ਿੰਦਾ ਪਰਮੇਸ਼ੁਰ ਜੀ। ਪ੍ਰਭੂ ਸੱਚਮੁੱਚ ਅੱਜ ਤੁਸੀਂ ਸਾਡੇ ਮਨਾਂ ਨੂੰ ਜਿਸ ਤਰ੍ਹਾਂ ਬਦਲਿਆ, ਉਹਨਾਂ ਦੇ ਮਨਾਂ ਨੂੰ ਵੀ ਤੁਸੀਂ ਬਦਲ ਚੁੱਕੇ ਜੀ। ਪ੍ਰਭੂ ਪ੍ਰਾਰਥਨਾ ਕਰਦਾ ਅੱਜ ਜੋ ਵੀ ਲੋਕ ਇਸ ਪ੍ਰਾਰਥਨਾ 'ਚ ਸ਼ਾਮਲ ਹਨ ਜਾਂ ਇਸ ਪ੍ਰਾਰਥਨਾ ਨੂੰ ਇੱਕ ਮਨ ਇੱਕ ਚਿੱਤ ਲਾ ਕੇ ਪ੍ਰਭੂ ਜੀ ਸੁਣ ਰਹੇ ਹਨ, ਹਰੇਕ ਦੇ ਜੀਵਨ ਦੇ ਲਈ ਪ੍ਰਾਰਥਨਾ ਕਰਦਾ ਮੇਰੇ ਜ਼ਿੰਦਾ ਪਰਮੇਸ਼ੁਰ ਜੀ। ਖੁਦਾ ਇਸ ਪ੍ਰਾਰਥਨਾ ਦੇ ਦੌਰਾਨ ਤੁਹਾਡਾ ਆਤਮਾ ਪ੍ਰਭੂ ਇਹਨਾਂ ਦੇ ਵਿਸ਼ਵਾਸ ਨੂੰ ਬਹੁਤ ਸਾਰਾ ਮਜ਼ਬੂਤ ਕਰੇ। ਕੋਈ ਵੀ ਹਾਲਾਤ, ਕੋਈ ਵੀ ਪਰੇਸ਼ਾਨੀ, ਕੋਈ ਵੀ ਬਿਪਤਾ, ਕੋਈ ਵੀ ਸੱਚਮੁੱਚ ਆਫਤ ਪ੍ਰਭੂ ਜੀ ਇਹਨਾਂ ਦੇ ਵਿਸ਼ਵਾਸ ਨੂੰ ਕਦੇ ਵੀ ਘੱਟ ਨਾ ਕਰ ਸਕੇ ਮੇਰੇ ਜ਼ਿੰਦਾ ਪਰਮੇਸ਼ੁਰ ਜੀ। ਖੁਦਾ ਸੱਚਮੁੱਚ ਇਹ ਤੁਹਾਡੇ ਵਿਸ਼ਵਾਸੀ ਹਨ ਪ੍ਰਭੂ, ਤੁਹਾਡੇ ਵਿਸ਼ਵਾਸੀ ਕਦੇ ਵੀ ਕਿਸੇ ਹਾਲਾਤ ਤੋਂ ਡੋਲਦੇ ਨਹੀਂ ਹਨ, ਇਹ ਤੁਹਾਡੇ ਬੱਚੇ ਹਨ ਮੇਰੇ ਜ਼ਿੰਦਾ ਖੁਦਾ। ਸੱਚਮੁੱਚ ਇਹਨਾਂ ਦੇ ਅੰਦਰ ਅੱਜ ਬਹੁਤ ਸਾਰਾ ਵਿਸ਼ਵਾਸ ਆਵੇ। ਮੈਂ ਪ੍ਰਾਰਥਨਾ ਕਰਦਾ ਪ੍ਰਭੂ ਤੁਹਾਡੇ ਵਚਨ ਰੋਮੀਆਂ 10:17 ਦੇ ਵਿੱਚ ਲਿਖਿਆ, ਸੋ ਵਿਸ਼ਵਾਸ ਸੁਣਨ ਦੇ ਨਾਲ ਅਤੇ ਸੁਣਨਾ ਮਸੀਹ ਦੇ ਵਚਨਾਂ ਤੋਂ ਆਉਂਦਾ ਹੈ। ਪ੍ਰਭੂ ਤੁਸੀਂ ਕਿਹਾ ਹੈ ਮੇਰੇ ਮਹਾਨ ਪਰਮੇਸ਼ੁਰ ਕਿ ਇਨਸਾਨ ਦੇ ਅੰਦਰ ਵਿਸ਼ਵਾਸ ਪ੍ਰਭੂ ਤੁਹਾਡੇ ਵਚਨਾਂ ਨੂੰ ਸੁਣਨ ਦੇ ਨਾਲ ਆਉਂਦਾ ਹੈ ਮੇਰੇ ਮਹਾਨ ਪਰਮੇਸ਼ੁਰ ਜੀ। ਖੁਦਾ ਇਹਨਾਂ ਦੇ ਮਨ ਸੁਣਨ ਦੇ ਵਿੱਚ ਕਦੇ ਵੀ ਕਾਲੇ ਨਾ ਹੋਣ, ਪਰਮੇਸ਼ੁਰ ਇਹ ਹਲੀਮ ਮਨ ਹੋ ਜਾਣ ਤਾਂ ਜੋ ਹਰੇਕ ਦੀ ਪਰਮੇਸ਼ੁਰ ਸੱਚਮੁੱਚ ਸੁਣ ਸਕਣ ਮੇਰੇ ਜ਼ਿੰਦਾ ਪਰਮੇਸ਼ੁਰ ਜੀ। ਮੇਰੇ ਜ਼ਿੰਦਾ ਖੁਦਾ ਸੱਚਮੁੱਚ ਤੁਹਾਡੇ ਵਚਨ ਇਬਰਾਨੀਆਂ 11:6 ਦੇ ਵਿੱਚ ਲਿਖਿਆ, ਅਤੇ ਨਿਹਚਾ ਵਾਜੋਂ ਉਹਦੇ ਮਨ ਨੂੰ ਪਾਉਣਾ ਅਣਹੋਣਾ ਹੈ, ਕਿਉਂਕਿ ਜਿਹੜਾ ਪਰਮੇਸ਼ੁਰ ਦੇ ਵੱਲ ਆਉਂਦਾ ਹੈ ਉਸ ਨੂੰ ਪ੍ਰਤੀਤ ਕਰਨੀ ਚਾਹੀਦੀ ਹੈ, ਭਾਈ ਉਹ ਹੈ, ਨਾਲੇ ਇਹ ਭਾਈ ਉਹ ਆਪਣੇ ਤਾਲੀਮਾਂ ਦਾ ਫਲ ਦਾਤਾ ਹੈ। ਪਰਮੇਸ਼ੁਰ ਸੱਚਮੁੱਚ ਮੇਰੇ ਜ਼ਿੰਦਾ ਖੁਦਾ ਜੋ ਵਿਸ਼ਵਾਸ ਦੇ ਦੌਰਾਨ ਪ੍ਰਭੂ ਤੁਹਾਡੇ ਕੋਲੋਂ ਆਉਂਦੇ ਹਨ, ਤੁਸੀਂ ਕਿਹਾ ਉਹ ਕਦੇ ਵੀ ਸ਼ਰਮਿੰਦੇ ਨਹੀਂ ਹੁੰਦੇ, ਉਹ ਕਦੇ ਵੀ ਲੱਜਿਆਵਾਨ ਨਹੀਂ ਹੁੰਦੇ ਮੇਰੇ ਮਹਾਨ ਪਰਮੇਸ਼ੁਰ। ਸੱਚਮੁੱਚ ਮੇਰਾ ਵਿਸ਼ਵਾਸ ਹੈ ਖੁਦਾ ਤੁਸੀਂ ਇਹਨਾਂ ਦੇ ਮਨਾਂ ਨੂੰ ਕਦੇ ਵੀ ਡੋਲਣ ਨਹੀਂ ਦੇਵੋਗੇ ਮੇਰੇ ਜ਼ਿੰਦਾ ਖੁਦਾ। ਤੁਹਾਡਾ ਆਤਮਾ ਜਿਨ੍ਹਾਂ ਦੇ ਨਾਲ ਮੇਰੇ ਸਾਮਰਥੀ ਪਰਮੇਸ਼ੁਰ ਜੀ। ਤੁਹਾਡੇ ਵਚਨ ਅਫੀਸੀਆਂ 6:16 ਦੇ ਵਿੱਚ ਲਿਖਿਆ, ਉਹਨਾਂ ਸਭਨਾ ਸਿਨੇ ਨਿਸ਼ਚਾ ਦੀ ਢਾਲ ਲਓ ਜਿਹਦੇ ਨਾਲ ਤੁਸੀਂ ਉਸ ਦੁਸ਼ਟ ਦੇ ਸਾਰੇ ਅਗਨਬਾਨਾਂ ਨੂੰ ਬੁਝਾ ਸਕੋ। ਪਰਮੇਸ਼ੁਰ ਸੱਚਮੁੱਚ ਤੁਸੀਂ ਕਿਹਾ ਵਿਸ਼ਵਾਸ ਇੱਕ ਢਾਲ ਦੇ ਵਾਂਗੂ ਹੈ, ਜੋ ਸੱਚਮੁੱਚ ਜੋ ਢਾਲ ਜਿੱਦਾਂ ਇੱਕ ਦੁਸ਼ਮਣ ਦੇ ਹਥਿਆਰ ਦੇ ਵਾਰ ਨੂੰ ਰੋਕਦੀ ਹੈ, ਉਸੇ ਤਰ੍ਹਾਂ ਵਿਸ਼ਵਾਸ ਹੈ ਪ੍ਰਭੂ ਸੱਚਮੁੱਚ ਜੋ ਦੁਸ਼ਟ ਦੇ ਹਰੇਕ ਵਾਰ ਨੂੰ ਰੋਕਦਾ ਹੈ ਸਾਡੇ ਜੀਵਨਾਂ ਦੇ ਵਿੱਚੋਂ। ਖੁਦਾ ਇਹ ਵਿਸ਼ਵਾਸ ਦੀ ਪਰਮੇਸ਼ੁਰ ਸੱਚਮੁੱਚ ਕੰਧ ਇਹਨਾਂ ਦੇ ਅੰਦਰ ਹਮੇਸ਼ਾ ਉਸਾਰੀ ਰਹੇ, ਦੁਸ਼ਟ ਕਦੇ ਵੀ ਉਸ ਕੰਧ ਨੂੰ ਟਾਲ ਨਾ ਸਕੇ ਮੇਰੇ ਜ਼ਿੰਦਾ ਪਰਮੇਸ਼ੁਰ ਜੀ। ਖੁਦਾ ਬਾਬ ਸੱਚਮੁੱਚ ਤੁਸੀਂ ਬੜੇ ਦਇਆਵਾਨ ਪਰਮੇਸ਼ੁਰ ਜੀ ਮੇਰੇ ਜ਼ਿੰਦਾ ਖੁਦਾ। ਤੁਹਾਡੇ ਵਚਨ ਰੋਮੀਆਂ 10:11 ਦੇ ਵਿੱਚ ਲਿਖਿਆ, ਧਰਮ ਪੁਸਤਕ ਇਉਂ ਕਹਿੰਦੀ ਹੈ, ਭਾਈ ਜੋ ਕੋਈ ਉਸ ਉੱਤੇ ਵਿਸ਼ਵਾਸ ਕਰੇ ਉਹ ਲੱਜਿਆਵਾਨ ਨਾ ਹੋਵੇਗਾ। ਪ੍ਰਭੂ ਸੱਚਮੁੱਚ ਜੋ ਤੁਹਾਡੇ ਉੱਪਰ ਵਿਸ਼ਵਾਸ ਕਰਦੇ ਹਨ ਉਹ ਕਦੇ ਵੀ ਸ਼ਰਮਿੰਦੇ ਨਹੀਂ ਹੁੰਦੇ ਮੇਰੇ ਜ਼ਿੰਦਾ ਪ੍ਰਭੂ ਜੀ। ਤੁਹਾਡੇ ਵਚਨ ਦੇ ਵਿੱਚ ਲਿਖਿਆ, ਪ੍ਰਭੂ ਤੁਸੀਂ ਆਪ ਉਹਨਾਂ ਨੂੰ ਚੁੱਕ ਦਿਓ ਜੋ ਡਿੱਗ ਪੈਂਦੇ ਹਨ, ਜਿਸ ਤਰ੍ਹਾਂ ਤੁਸੀਂ ਪਤਰਸ ਨੂੰ ਪ੍ਰਭੂ ਸੱਚਮੁੱਚ ਉਹ ਡਿੱਗਣ ਲੱਗਾ ਪਾਣੀ ਦੇ ਵਿੱਚ, ਪ੍ਰਭੂ ਤੁਸੀਂ ਉਸ ਵੱਲ ਆਪਣਾ ਹੱਥ ਵਧਾਇਆ ਔਰ ਪ੍ਰਭੂ ਤੁਸੀਂ ਉਸ ਨੂੰ ਚੁੱਕਿਆ ਔਰ ਉਸ ਨੂੰ ਸਿਖਾ
ਸਿਖਾਇਆ, ਸੱਚਮੁੱਚ ਤੁਸੀਂ ਸਿਖਾਇਆ ਕਿ ਹਮੇਸ਼ਾ ਪਰਮੇਸ਼ੁਰ ਵੱਲ ਸਾਨੂੰ ਦੇਖਣਾ ਚਾਹੀਦਾ, ਕਦੇ ਵੀ ਹਾਲਾਤ ਵੱਲ ਨਹੀਂ ਦੇਖਣਾ ਚਾਹੀਦਾ। ਪ੍ਰਭੂ ਸੱਚਮੁੱਚ ਉਹਨੇ ਤੁਹਾਡੇ ਵਚਨਾਂ ਦਾ ਮਨਨ ਕੀਤਾ ਮੇਰੇ ਪ੍ਰਭੂ, ਔਰ ਪਰਮੇਸ਼ੁਰ ਸੱਚਮੁੱਚ ਉਹਨੇ ਕਦੇ ਵੀ ਮੇਰੇ ਜ਼ਿੰਦਾ ਖੁਦਾ ਜੀ ਹਾਲਾਤਾਂ ਵੱਲ ਨਹੀਂ ਦੇਖਿਆ, ਬਲਕਿ ਉਹਨੇ ਪਰਮੇਸ਼ੁਰ ਵੱਲ ਵੇਖਿਆ। ਮੈਂ ਪ੍ਰਾਰਥਨਾ ਕਰਦਾ ਪ੍ਰਭੂ, ਇਹ ਲੋਕ ਕੇਵਲ ਤੁਹਾਡੇ ਵੱਲ ਵੇਖਣ, ਤੁਹਾਡੇ ਵਚਨਾਂ ਵੱਲ ਵੇਖਣ ਮੇਰੇ ਜ਼ਿੰਦਾ ਖੁਦਾ, ਕਦੇ ਵੀ ਹਾਲਾਤਾਂ ਦੇ ਉੱਪਰ ਪਰਮੇਸ਼ੁਰ ਮਨ ਨਾ ਲਾਉਣ ਪ੍ਰਭੂ, ਸੱਚਮੁੱਚ ਉਹਨਾਂ ਬੁਰੀਆਂ ਗੱਲਾਂ ਦੇ ਉੱਪਰ ਮਨ ਨਾ ਲਾਉਣ ਜੋ ਪਰਮੇਸ਼ੁਰ ਕਿਸੇ ਇਨਸਾਨ ਦੇ ਦੁਆਰਾ ਇਹਨਾਂ ਨੂੰ ਕਹੀਆਂ ਗਈਆਂ ਹਨ। ਪ੍ਰਭੂ ਇਹ ਸਿਰਫ ਪਵਿੱਤਰ ਗੱਲਾਂ ਦੇ ਉੱਪਰ ਮਨ ਲਾਉਣ, ਇਹਨਾਂ ਦਾ ਮਨ ਕੇਵਲ ਤੁਹਾਡੇ ਉੱਪਰ ਹੋਵੇ, ਤਾਂ ਜੋ ਕਦੇ ਵੀ ਪਰਮੇਸ਼ੁਰ ਕੋਈ ਵੀ ਆਂਧੀ ਕੋਈ ਵੀ ਤੂਫਾਨ ਇਹਨਾਂ ਨੂੰ ਗਿਰਾ ਨਾ ਸਕੇ ਮੇਰੇ ਜ਼ਿੰਦਾ ਪਰਮੇਸ਼ੁਰ ਜੀ। ਖੁਦਾ ਸੱਚਮੁੱਚ ਮੇਰੇ ਜ਼ਿੰਦਾ ਖੁਦਾ, ਇਹਨਾਂ ਦੀ ਜੜ ਤੁਹਾਡੇ ਅੰਦਰ ਹੈ ਪ੍ਰਭੂ ਜੀ, ਪ੍ਰਭੂ ਇਹਨਾਂ ਦੀ ਜੜ ਮਜ਼ਬੂਤ ਹੈ। ਤੁਸੀਂ ਕਿਸੇ ਵੀ ਹਾਲਾਤ ਨੂੰ ਪ੍ਰਭੂ ਜੀ, ਹਾਲਾਤ ਦੇ ਤੂਫਾਨ ਨੂੰ ਪਰਮੇਸ਼ੁਰ ਸੱਚਮੁੱਚ, ਚਾਹੇ ਕੋਈ ਵੀ ਇਹਨਾਂ ਦੇ ਉੱਪਰ ਹਾਲਾਤ ਆ ਜਾਏ, ਪਰੇਸ਼ਾਨੀ ਆ ਜਾਏ, ਖੁਦਾ ਇਹਨਾਂ ਦੇ ਰੁੱਖ ਨੂੰ ਕਦੇ ਵੀ ਸੁੱਟ ਨਾ ਸਕੋਗੇ ਮੇਰੇ ਜ਼ਿੰਦਾ ਖੁਦਾ, ਤੁਹਾਡਾ ਆਤਮਾ ਇਹਨਾਂ ਦੇ ਨਾਲ ਹੈ ਮੇਰੇ ਜ਼ਿੰਦਾ ਪਰਮੇਸ਼ੁਰ ਜੀ। ਖੁਦਾ ਸੱਚਮੁੱਚ ਮੈਂ ਪ੍ਰਾਰਥਨਾ ਕਰਦਾ ਖੁਦਾ ਬਾਬਾ, ਜੋ ਵੀ ਤੁਹਾਡੇ ਉੱਤੇ ਆਸ ਰੱਖਦੇ ਹਨ, ਇਹਨਾਂ ਦੀ ਆਸ ਕਦੇ ਵੀ ਸ਼ਰਮਿੰਦਿਆ ਨਾ ਹੋਵੇ ਪ੍ਰਭੂ। ਸੱਚਮੁੱਚ ਮੇਰਾ ਵਿਸ਼ਵਾਸ ਹੈ, ਜੋ ਲੋਕ ਆ ਜਾਮਿਨ ਬੋਲ ਰਹੇ ਹਨ, ਜਾਮਿਨ ਲਿਖ ਰਹੇ ਹਨ, ਪ੍ਰਭੂ ਸੱਚਮੁੱਚ ਤੁਸੀਂ ਇਹਨਾਂ ਦੇ ਮਸਤਕ ਨੂੰ, ਤੁਸੀਂ ਉਹਨਾਂ ਦੇ ਵਿਸ਼ਵਾਸ ਨੂੰ ਅੱਜ ਬਹੁਤ ਉੱਤਮ ਕਰ ਚੁੱਕੇ ਯਿਸੂ ਨਾਮ 'ਚ ਮੇਰੇ ਜ਼ਿੰਦਾ ਖੁਦਾ। ਮੈਂ ਪ੍ਰਾਰਥਨਾ ਕਰਦਾ ਪ੍ਰਭੂ, ਜੋ ਲੋਕ ਇਸ ਪ੍ਰਾਰਥਨਾ ਨੂੰ ਬਹੁਤ ਸਾਰੇ ਲੋਕਾਂ ਤੱਕ ਪਹੁੰਚਾ ਰਹੇ ਹਨ, ਤੁਹਾਡੇ ਕੰਮਾਂ ਨੂੰ ਖੁਦਾ ਬਾਪ ਕਰ ਰਹੇ ਹਨ ਮੇਰੇ ਜ਼ਿੰਦਾ ਖੁਦਾ, ਮੈਂ ਪ੍ਰਾਰਥਨਾ ਕਰਦਾ ਪਰਮੇਸ਼ੁਰ ਹਰੇਕ ਦੇ ਜੀਵਨ ਦੇ ਲਈ। ਖੁਦਾ ਇਹਨਾਂ ਨੇ ਤੁਹਾਡੇ ਕੰਮਾਂ ਨੂੰ ਕੀਤਾ ਹੈ, ਤੁਸੀਂ ਕਿਹਾ ਮਸੀਹ 'ਚ ਕੀਤੀ ਮਿਹਨਤ ਕਦੇ ਵੀ ਵਿਅਰਥ ਨਹੀਂ ਜਾਵੇਗੀ ਪ੍ਰਭੂ, ਇਹਨਾਂ ਦੀ ਮਿਹਨਤ ਕਦੇ ਵੀ ਵਿਅਰਥ ਨਾ ਜਾਵੇ। ਇਹਨਾਂ ਨੇ ਤੁਹਾਡੇ ਰਾਜ ਦੇ ਲਈ ਕੰਮ ਕੀਤਾ ਹੈ ਪ੍ਰਭੂ, ਤੁਸੀਂ ਕਿਹਾ ਮਜ਼ਦੂਰ ਆਪਣੀ ਮਜ਼ਦੂਰੀ ਦਾ ਹੱਕਦਾਰ ਹੈ, ਇਹਨਾਂ ਨੂੰ ਮਜ਼ਦੂਰੀ ਦਾ ਹੱਕ ਤੁਸੀਂ ਦੇ ਚੁੱਕੇ ਜੇ ਯਿਸੂ ਦੇ ਨਾਮ 'ਚ। ਮੈਂ ਪ੍ਰਾਰਥਨਾ ਕਰਦਾ ਜੋ ਲੋਕ ਇਸ ਪ੍ਰਾਰਥਨਾ ਦੇ ਦੌਰਾਨ ਪ੍ਰਭੂ ਆਪਣੇ ਬੀਜ ਨੂੰ, ਆਪਣੇ ਦਸਵੰਧ ਨੂੰ ਤੁਹਾਡੇ ਰਾਜ ਦੇ ਵਿੱਚ ਬੀਜ ਰਹੇ ਨੇ ਤੁਹਾਡੇ ਕੰਮਾਂ ਨੂੰ ਵਧਾਉਣ ਦੇ ਲਈ ਪ੍ਰਭੂ, ਤੁਸੀਂ ਜਾਣਦੇ ਜਿਨ੍ਹਾਂ ਦੇ ਬੀਜ ਨੂੰ ਤੁਸੀਂ ਦੇਖਿਆ ਹੈ, ਤੁਹਾਡੇ ਕੋਲੋਂ ਕੁਝ ਵੀ ਛੁਪਿਆ ਹੋਇਆ ਨਹੀਂ ਹੈ। ਮੈਂ ਪ੍ਰਾਰਥਨਾ ਕਰਦਾ ਕਿ ਇਹ ਬੀਜ ਹਜ਼ਾਰਾਂ ਦੇ ਨਾਲ ਹੈ, ਔਰ ਇਹ ਪ੍ਰਭੂ ਇਸ ਬੀਜ ਦੇ ਦੌਰਾਨ ਕਰੋੜਾਂ ਦੇ ਨਾਲ ਇਕੱਠਾ ਕਰਨ ਵਾਲੇ ਬਣ ਚੁੱਕੇ ਹਨ ਯਿਸੂ ਦੇ ਨਾਮ 'ਚ। ਇਸ ਬੀਜ ਦੇ ਦੌਰਾਨ ਪ੍ਰਭੂ ਤੁਸੀਂ ਇਹਨਾਂ ਦੇ ਮਾਰਗਾਂ ਨੂੰ, ਇਹਨਾਂ ਦੇ ਰਸਤਿਆਂ ਨੂੰ ਖੋਲ੍ਹ ਚੁੱਕੇ ਜੇ ਪ੍ਰਭੂ, ਕੋਈ ਵੀ ਅੜਚਣ ਇਹਨਾਂ ਦੇ ਰਸਤਿਆਂ ਦੇ ਵਿੱਚ ਨਹੀਂ ਆਏਗੀ ਯਿਸੂ ਦੇ ਨਾਮ ਦੇ ਵਿੱਚ। ਮੈਂ ਦੁਸ਼ਟ ਦੇ ਹਰੇਕ ਬੰਧਨ ਨੂੰ ਇਹਨਾਂ ਦੇ ਉੱਪਰੋਂ ਖਤਮ ਕਰਦਾ ਪ੍ਰਭੂ। ਸੱਚਮੁੱਚ ਤੁਹਾਡਾ ਆਤਮਾ ਹਮੇਸ਼ਾ ਇਹਨਾਂ ਦੇ ਅੰਗ ਔਰ ਸੰਗ ਰਹੇ ਖੁਦਾ ਬਾਪ। ਸੱਚਮੁੱਚ ਇਹ ਮੰਗਣ ਵਾਲੇ ਨਹੀਂ, ਵੰਡਣ ਵਾਲੇ ਬਣ ਚੁੱਕੇ ਹਨ ਯਿਸੂ ਦੇ ਨਾਮ 'ਚ। ਔਰ ਪ੍ਰਾਰਥਨਾ ਕਰਦਾ ਪ੍ਰਭੂ, ਜੋ ਲੋਕ ਪੜ੍ਹਾਈ ਲਈ, ਕੰਮਾਂ ਲਈ ਘਰਾਂ ਤੋਂ ਨਿਕਲ ਰਹੇ ਹਨ, ਰਸਤਿਆਂ 'ਚ ਹਨ ਪ੍ਰਭੂ, ਤੁਹਾਡਾ ਆਤਮਾ ਉਹਨਾਂ ਨੂੰ ਸਹੀ ਸਲਾਮਤ ਉਹਨਾਂ ਦੇ ਘਰਾਂ 'ਚ ਵਾਪਸ ਲੈ ਕੇ ਆਵੇ। ਧੰਨਵਾਦ, ਤੁਸੀਂ ਸਾਡੀ ਪ੍ਰਾਰਥਨਾ ਨੂੰ ਸੁਣ ਕੇ ਪੂਰਿਆਂ ਕੀਤਾ, ਯਿਸੂ ਮਸੀਹ ਦੇ ਜ਼ਿੰਦਾ ਨਾਮ 'ਚ ਮੰਗਦੇ ਹਾਂ, ਆਮੇਨ।